ਪਿਆਰੇ ਬੱਚਿਓ ਅੱਜ ਆਪਾਂ ਕਰਨ ਜਾ ਰਹੇ ਹਾਂ ਨੈਸ ਅਭਿਆਸ 29 ਕਲਾਸ 5ਵੀਂ ਵਿਸ਼ਾ ਵਾਤਾਵਰਣ ਆਪ ਦੇਖਦੇ ਹਾਂ ਪ੍ਰਸ਼ਨ ਨੰਬਰ 1 ਕਈ ਰਾਜਾਂ ਵਿੱਚ ਕਿਸਾਨਾਂ ਕੋਲ ਬਾਹੀ ਜੋਗ ਜ਼ਮੀਨ ਬਹੁਤ ਘੱਟ ਹੁੰਦੀ ਹੈ ਖੇਤੀ ਲਈ ਆਧੁਨਿਕ ਸੰਦਾਂ ਦੀ ਵਰਤੋਂ ਉਹਨਾਂ ਦੀ ਖੇਤੀ ਉੱਪਰ ਲਾਗਤ ਖਰਚਿਆਂ ਨੂੰ ਵਧਾ ਦਿੰਦੀ ਹੈ ਅਜੇ ਵਿੱਚ ਕਿਸਾਨਾਂ ਨੂੰ ਕਿਹੜੀ ਸੰਸਥਾ ਦਾ ਸਹਿਯੋਗ ਲੈਣਾ ਚਾਹੀਦਾ ਹੈ অপਸ਼ਨ ਹਨ ਪੰਚਾਇਤ ਕੋਆਪਰੇਟਿਵ ਸੁਸਾਇਟੀਆਂ ਜਾਂ ਸਹਿਕਾਰੀ ਸੁਭਾਵਾਂ ਨੌਜਵਾਨ ਭਲਾਈ ਕਲੱਬਾਂ ਉਪਰੋਕਤ ਵਿੱਚੋਂ ਕਿਸੇ ਦਾ ਵੀ ਨਹੀਂ ਬੱਚੋ ਇਸ ਦਾ ਸਹੀ ਆਨਸਰ ਹੈ ਸਾਡਾ ਕੋਆਪਰੇਟਿਵ ਸੁਸਾਇਟੀਆਂ ਜਾਂ ਸਹਿਕਾਰੀ ਸੁਭਾਵਾਂ ਸੋ ਅਸੀਂ ਇਹਨਾਂ ਨੂੰ ਸਰਕਲ ਕਰ ਦਮਗੇ ਪ੍ਰਸ਼ਨ 2 ਨਮਾ ਕਰ ਬਣਾਉਣ ਲਈ ਕਾਫੀ ਪੈਸਿਆਂ ਦੀ ਲੋੜ ਹੁੰਦੀ ਹੈ ਏ ਪੈਸੇ ਹੌਲੀ ਹੌਲੀ ਇਕੱਠੇ ਕੀਤੇ ਜਾਂਦੇ ਹਨ ਪੈਸੇ ਇਕੱਠੇ ਕਰਕੇ ਰੱਖਣ ਲਈ ਟੋਕਮੀ ਥਾਂ ਕਿਹੜੀ ਹੈ অপਸ਼ਨ ਹਨ ਘਰ ਵਿੱਚ ਰੱਖੋ ਬੈਂਕ ਜਾਂ ਡਾਕਖਾਨੇ ਵਿੱਚ ਖਾਤਾ ਖੁਲਵਾ ਕੇ ਜਮਾ ਕਰਵਾਓ ਕਿਸੇ ਦੋਸਤ ਦੇ ਘਰ ਰੱਖ ਸਕਦੇ ਹੋ ਪੁਲਿਸ ਥਾਣੇ ਵਿੱਚ ਰੱਖ ਸਕਦੇ ਹੋ ਬਿਲਕੁਲ ਸਹੀ ਬੱਚਿਓ ਜਿਹੜੀ ਸਾਡੀ ਸਹੀ ਆਪਸ਼ਨ ਆ ਬੈਂਕ ਜਾਂ ਡਾਕਖਾਨੇ ਵਿੱਚ ਸੋ ਅਸੀਂ ਇਹਦਾ ਆਨਸਰ ਨੂੰ ਸਰਕਲ ਕਰ ਦਾਂਗੇ ਪ੍ਰਸ਼ਨ ਨੰਬਰ 3 ਵਕ ਵਕ ਵਸਤੂਆਂ ਗੁਣਾ ਜਾਂ ਲੱਛਣਾਂ ਦੇ ਆਧਾਰ ਤੇ ਸਮਾਨ ਹੁੰਦੀਆਂ ਹਨ ਨਿਮਨ ਵਿੱਚੋਂ ਕਿਹੜੇ ਜੋਟ ਦੀਆਂ ਵਸਤੂਆਂ ਸਾਂਝਾ ਗੁਣ ਰੱਖਦੀਆਂ ਹਨ ਆਪਸ਼ਨ ਹਨ ਅੰਬ ਕੇਲਾ ਸੰਤਰਾ ਅੰਬ ਮੇਜ਼ ਬੈਂਗਨ ਅੰਬ ਕੇਲਾ ਟੈਲੀਵਿਜ਼ਨ ਰੇਡੀਓ ਰੁੱਖ ਕੁਰਸੀ ਬੱਚਿਓ ਇਹਦੇ ਵਿੱਚ ਜਿਹੜੀਆਂ ਇੱਕੋ ਜਿਹੀਆਂ ਚੀਜ਼ਾਂ ਜਾਂ ਜਿਹੜੇ ਲੱਛਣਾ ਕਰਕੇ ਸੇਮ ਹਨ ਉਹ ਹਨ ਸਾਡੇ ਕੋਲ অপশন উডা আম কেলা ਅਤੇ ਸੰਤਰਾ ਕਿਉਂਕਿ ਸਾਰੇ ਫਲ ਹਨ ਸੋ ਅਸੀਂ ਉਡਾ ਨੂੰ ਸਰਕਲ ਕਰ ਦਵਾਂਗੇ ਪ੍ਰਸ਼ਨ ਨੰਬਰ 4 ਬਾਗਾਂ ਦੀ ਕਟੜੀ ਗਿਣਤੀ ਨੂੰ ਰੋਕਣ ਲਈ ਤੁਸੀਂ ਕੀ ਸੁਝਾਅ ਦਿਓਗੇ ਸਕੂਲਾਂ ਵਿੱਚ ਟਾਈਗਰ ਕਲੱਬ ਬਣਾਏ ਜਾ ਸਕਦੇ ਹਨ ਸਹਾਇਤਾ ਫੰਡ ਇਕੱਠੇ ਕਰਕੇ ਟਾਈਗਰ ਪ੍ਰੋਜੈਕਟ ਵਿੱਚ ਯੋਗਦਾਨ ਪਾਇਆ ਜਾ ਸਕਦਾ ਹੈ ਪੱਤਰ ਵਿਹਾ ਰਹੀ ਲੋਕਾਂ ਵਿੱਚ ਜਾਗਰੂਕਤਾ ਫਲਾਈ ਜਾ ਸਕਦੀ ਹੈ অপশন ਹਨ ਸਿਰਫ ਪਹਿਲਾ ਅਤੇ ਦੂਜਾ ਸਿਰਫ ਦੂਜਾ ਅਤੇ ਤੀਜਾ ਸਿਰਫ ਤੀਜਾ ਅਤੇ ਚੌਥਾ ਪਹਿਲਾ ਦੂਜਾ ਅਤੇ ਤੀਜਾ ਬੱਚਿਓ ਇਸ ਦਾ ਸਹੀ ਆਨਸਰ ਆ ਸ ਪਹਿਲਾ ਦੂਜਾ ਅਤੇ ਤੀਜਾ ਸੋ ਅਸੀਂ ਸਸਾ ਨੂੰ ਸਰਕਲ ਕਰ ਦੇਵਾਂਗੇ ਪ੍ਰਸ਼ਨ ਨੰਬਰ 5 ਜਦੋਂ ਬਾਜੀਗਰ ਮੇਲੇ ਵਿੱਚ ਆ ਕੇ ਆਪਣੇ ਕਰਤੱਬ ਦਿਖਾਉਂਦਾ ਹੈ ਤਾਂ ਸਾਡਾ ਡੈਸ਼ ਹੁੰਦਾ ਹੈ অপਸ਼ਨ ਹਨ ਮਨੋਰੰਜਨ ਹੁੰਦਾ ਹੈ ਸਮਾਖਰਾਬ ਹੁੰਦਾ ਹੈ ਪੈਸਾ ਖਰਾਬ ਹੁੰਦਾ ਹੈ ਜਾਂ ਮਨ ਦੁਖੀ ਹੁੰਦਾ ਹੈ ਬਿਲਕੁਲ ਸਹੀ ਬੱਚੋ ਸਾਡਾ ਮਨੋਰੰਜਨ ਹੁੰਦਾ ਹੈ ਸੋ ਸਹੀ ਆਪਸ਼ਨ ਹੋਏਗੀ ਸਾਡੀ ਊੜਾ ਊੜਾ ਨੂੰ ਅਸੀਂ ਸਰਕਲ ਕਰ ਦੇਵਾਂਗੇ ਬੱਚਿਓ ਇਹ ਸੀ ਤੁਹਾਡੀ ਅੱਜ ਦੀ ਬਾਤਵਾਰਨ ਸਿੱਖਿਆ ਦੀ ਅਭਿਆਸ਼ਿਤ ਆਸ ਕਰਦਾ ਹਾਂ ਕਿ ਤੁਸੀਂ ਘਰ ਜਾ ਕੇ ਇਸ ਨੂੰ ਰਿਵਾਈਜ਼ ਕਰੋਗੇ ਤੇ ਇਸ ਵਿੱਚੋਂ ਕੁਝ ਨਾ ਕੁਝ ਜ਼ਰੂਰ ਸਿੱਖੋਗੇ ਥੈਂਕ ਯੂ ਬੇਟਾ